ਮੇਰਾ ਨਾਮ ਬੱਬੀ ਦੀਵਾਨ ਹੈ, ਮੈਂ ਬੈਲਜੀਅਮ ਤੋਂ ਆਈ ਸੀਗੀ, ਮੇਰੀ ਏਜ ਹੈਗੀ ਹੈ 60 ਔਰ ਮੈਂ ਬਹੁਤ ਜ਼ਿਆਦਾ ਆਪਣੀ ਹੈਲਥ ਲਈ ਪਰੇਸ਼ਾਨ ਸੀਗੀ, ਹੈਵੀ ਜ਼ਿਆਦਾ ਸੀਗੀ, ਅਤੇ ਫਿਰ ਮੈਂ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਸਰਜਰੀ ਕਰਾਓ, ਤੁਸੀਂ ਆਪਣੇ ਆਪ ਨੂੰ ਬੈਟਰ ਫੀਲ ਕਰੋਗੇ। ਮੇਰੀ ਸ਼ੂਗਰ ਵੀ ਸਹੀ ਨਹੀਂ ਆ ਰਹੀ ਸੀਗੀ, ਇਹਨਾਂ ਨੇ ਆਪਰੇਸ਼ਨ ਕੀਤਾ ਮੈਂ, ਪਰ ਬਹੁਤ ਜ਼ਿਆਦਾ ਖੁਸ਼ ਹੈ ਆਪਣੀ ਹੈਲਥ ਨੂੰ ਲੈ ਕੇ। ਮੇਰੀ ਸ਼ੂਗਰ ਦਾ ਲੈਵਲ ਵੀ 0 ਹੋ ਚੁੱਕਿਆ ਹੈ, ਬਿਲਕੁਲ ਠੀਕ ਹੈ ਮੈਂ, ਅਤੇ ਮੈਨੂੰ ਕੋਈ ਐਸੀ ਦਿੱਕਤ ਨਹੀਂ, ਪ੍ਰੋਬਲਮ ਨਹੀਂ ਆਈ ਹੈਗੀ। 115 ਕੇ ਜੀ ਮੇਰਾ ਵੇਟ ਸੀਗਾ, ਹੁਣ ਮੇਰਾ 23 ਕਿਲੋ ਵੇਟ ਲੂਜ਼ ਹੋ ਗਿਆ ਹੈਗਾ, ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਪਹਿਲਾਂ ਮੈਂ ਬਹੁਤ ਜ਼ਿਆਦਾ ਲੇਜ਼ੀ ਰਹਿੰਦੀ ਸੀਗੀ, ਹੁਣ ਐਕਟਿਵ ਵੀ ਬਹੁਤ ਜ਼ਿਆਦਾ ਹੋਈ ਗਈ ਹੈ, ਕੰਮ ਕਰਨ ਨੂੰ ਵੀ ਦਿਲ ਕਰਦਾ ਹੈਗਾ, ਖੁਸ਼ ਰਹਿੰਦੀ ਹੈਗੀ। ਅਤੇ ਡਾਕਟਰ ਸਾਹਿਬ ਬਹੁਤ ਜ਼ਿਆਦਾ ਨਾਈਸ ਹੈ, ਇਹਨੇ ਨੇਚਰ ਵੀ ਬੜੀ ਅੱਛੀ ਹੈਗੀ ਹੈ, ਅਤੇ ਬਹੁਤ ਅੱਛੀ ਤਰ੍ਹਾਂ ਮਤਲਬ ਕਿ ਡੀਲ ਕਰਦੇ ਹੈ ਆਪਣੇ ਪੇਸ਼ੈਂਟ ਨਾਲ। ਸ਼ੂਗਰ ਤਾਂ ਮੇਰੀ ਬਹੁਤ ਹੀ ਜ਼ਿਆਦਾ ਬਿਲਕੁਲ ਹੀ ਠੀਕ ਹੋ ਗਈ ਇੱਕ ਤਰ੍ਹਾਂ ਦੀ, ਅਤੇ ਹੁਣ ਮੈਂ ਇਸ ਟਾਈਮ ਬਿਲਕੁਲ ਆਪਣੇ ਆਪ ਨੂੰ ਠੀਕ ਫੀਲ ਕਰਦੀ ਹੈਗੀ ਹਾਂ। ਅੱਜ ਮੈਂ 6 ਮਹੀਨੇ ਬਾਅਦ ਡਾਕਟਰ ਸਾਹਿਬ ਨੂੰ ਮਿਲਣ ਆਈ ਹਾਂ ਬੈਲਜੀਅਮ ਤੋਂ, ਇਹਨਾਂ ਦਾ ਥੈਂਕਸ ਕਰਨ ਲਈ ਆਈ ਹਾਂ ਵੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਵਧੀਆ ਮੇਰੇ ਨਾਲ ਕੀਤਾ ਹੈ, ਮੇਰਾ ਸਰਜਰੀ ਕਰਕੇ ਮੈਨੂੰ ਸਲਾਹ ਦੇ ਕੇ, ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹੈਗੀ। ਲੋਕ ਡਰਦੇ ਹੈ ਕਿ ਹਾਏ ਬੈਟਰਿਕ ਦਾ ਪੇਸ਼ੈਂਟ ਨਹੀਂ ਕਰਾਉਣਾ, ਸਾਨੂੰ ਇਹ ਹੋ ਜੂਗਾ ਇਹ ਹੋ ਜੂਗਾ, ਐਸੀ ਕੋਈ ਵੀ ਗੱਲ ਨਹੀਂ ਹੈਗੀ, ਤੁਸੀਂ ਬਲਕਿ ਕਰਵਾ ਕੇ ਬਹੁਤ ਜ਼ਿਆਦਾ ਖੁਸ਼ ਰਹੋਗੇ ਕਿ ਮੈਂ ਬਹੁਤ ਅੱਛਾ ਡਿਸੀਜ਼ਨ ਲਿੱਤਾ ਆਪਣੀ ਲਾਈਫ ਦੇ ਵਿੱਚ। ਮੋਟਾਪੇ ਵਿੱਚ ਕੁਛ ਨਹੀਂ ਰੱਖਿਆ ਹੋਏਗਾ, ਉਹਦੇ ਵਿੱਚ ਹੈਲਥ ਇਸ਼ੂ ਵੱਧਦੇ ਹੈ ਨਾ ਕਿ ਘੱਟਦੇ ਹੈਗੇ। ਬੈਕਟਰੀ ਸਰਜਰੀ ਕਰਾਉਣ ਨਾਲ ਤਾਂ ਬਹੁਤ ਜ਼ਿਆਦਾ ਪ੍ਰੋਬਲਮਸ ਤੁਹਾਡੀਆਂ ਸੋਲਵ ਹੁੰਦੀਆਂ ਹੈਗੀਆਂ ਨੇ। ਸਭ ਤੋਂ ਵੱਡੀ ਇਹ ਮਿਸਾਲ ਲੈ ਲਓ ਕਿ ਇੱਕ ਸ਼ੂਗਰ ਹੈ ਜਿਹੜੀ ਕਦੇ ਵੀ ਬੰਦਾ ਠੀਕ ਨਹੀਂ ਹੋ ਸਕਦਾ, ਉਹ ਵਾਲੀ ਬਿਮਾਰੀ ਠੀਕ ਹੋ ਗਈ ਤਾਂ ਫਿਰ ਇਹ ਬਾਕੀ ਚੀਜ਼ਾਂ ਦਾ ਕੁਛ ਵੀ ਨਹੀਂ ਇਹਦੇ ਅੱਗੇ ਹੈਗੀ। ਸਰਜਰੀ ਕਰਾਉਣਾ ਬਹੁਤ ਸੌਖਾ ਸੀਗਾ ਮੇਰੇ ਲਈ, ਤਾਂ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਸਰਜਰੀ ਹੋ ਕਦੋਂ ਗਈ ਹੈਗੀ ਹੈ, ਮੈਨੂੰ ਤਾਂ ਇਹ ਹੀ ਪਤਾ ਲੱਗਿਆ ਮੈਂ ਆਪਣੇ ਰੂਮ ਦੇ ਵਿੱਚ ਆ ਗਈ ਹਾਂ, ਉਸ ਤੋਂ ਬਾਅਦ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਹੈਗੀ। ਮੈਂ ਦੂਜੇ ਦਿਨ ਹੀ ਚੱਲਣ ਲੱਗੀ ਸੀ ਜੀ, ਆਰਾਮ ਨਾਲ ਬਿਲਕੁਲ ਅੱਛੀ ਤਰ੍ਹਾਂ ਨਾਲ ਵੋਕ ਕਰਦੀ ਸੀਗੀ, ਵਧੀਆ ਰਹੀ ਹਾਂ ਜੀ, ਮੈਂ ਫਸਟ ਕਲਾਸ। ਮੈਂ ਤਾਂ ਸਭ ਕੁਛ ਖਾਂਦੀ ਹੈਗੀ, ਮੈਨੂੰ ਕਦੀ ਪ੍ਰੋਬਲਮ ਹੀ ਨਹੀਂ ਆਈ ਹੈਗੀ, ਖਾਣ ਪੀਣ ਦੀ ਕੋਈ ਦਿੱਕਤ ਨਹੀਂ। ਵੈਸੇ ਇੱਕ ਲੋਕਾਂ ਦਾ ਵਹਿਮ ਮੈਂ ਵੀ ਆਏ ਪਤਾ ਨਹੀਂ ਬੈਟਰਿਕ ਸਰਜਰੀ ਨਾਲ ਸਾਡਾ ਕੀ ਹੋ ਜੂਗਾ, ਤੁਸੀਂ ਕਰਵਾ ਕੇ ਦੇਖੋ, ਤੁਸੀਂ ਖੁਦ ਕਹੋਗੇ ਕਿ ਮੈਂ ਬਹੁਤ ਜ਼ਿਆਦਾ ਵਧੀਆ ਹੋ ਗਈ ਹੁਣ ਅੱਗੇ ਨਾਲੋਂ। ਬਹੁਤ ਜ਼ਿਆਦਾ ਬੰਦਾ ਆਪਣੇ 'ਤੇ ਇੰਡੀਪੈਂਡੈਂਟ ਰਹਿੰਦਾ ਹੈਗਾ, ਵੇਟ ਜ਼ਿਆਦਾ ਹੁੰਦਾ ਤਾਂ ਬੰਦੇ ਨੂੰ ਇਹ ਹੁੰਦਾ ਕਿ ਹਾਏ ਮੈਨੂੰ ਕੋਈ ਪਕੜ ਲਵੇ, ਮੈਂ ਤੋਂ ਗਿਰ ਨਾ ਜਾਵਾਂ, ਜਾਂ ਕੁਛ ਵੀ ਹੋ ਸਕਦਾ ਹੈਗਾ ਵੇਟ ਲੋਸ ਨਾਲ। ਸਭ ਤੋਂ ਵੱਡੀ ਤਾਂ ਇਹੀ ਹੈ ਕਿ ਹੈਲਥ ਇਸ਼ੂ ਬਹੁਤ ਜ਼ਿਆਦਾ ਆ ਜਾਂਦੇ ਨੇ ਵੇਟ ਦੇ ਨਾਲ, ਓਵਰ ਵੇਟ ਨਾਲ, ਅਤੇ ਮੈਂ ਬੜੇ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਮੈਨੂੰ ਰਾਏ ਦਿੱਤੀ ਕਿ ਤੁਸੀਂ ਬੈਟਰਿਕ ਸਰਜਰੀ ਕਰਾਓ, ਅਤੇ ਮੈਂ ਹੁਣ ਬਹੁਤ ਜ਼ਿਆਦਾ ਖੁਸ਼ ਹਾਂ ਕਰਵਾ ਕੇ।